ਪੈਣਾ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਅਤੇ ਅੱਜ ਮੈਂ ਗੱਲ ਕਰਨ ਲੱਗਾ ਵਾਂ, ਇੱਕ ਯੂਟਿਊਬ 'ਤੇ ਚੈਨਲ ਹੈ ਪ੍ਰੋਡਿਊਸਰ DXX, ਇਹ ਕਿਸੇ ਪਤਾ ਨਹੀਂ ਕਿਹੜੇ ਮੁੰਡੇ ਨੇ ਬਣਾਇਆ ਇਹ ਚੈਨਲ, ਆਪਣੇ ਪੰਜਾਬ ਦੇ ਵਿੱਚ ਇਹ ਚੈਨਲ ਬਣਿਆ ਜਿਹਦੇ ਉੱਤੇ ਬਹੁਤ ਕੁਛ ਬਹੁਤ ਗੰਦਾ ਦਿਖਾਇਆ ਜਾ ਰਿਹਾ, ਜਿਸ ਕਰਕੇ ਕਿ ਸਾਰਿਆਂ ਨੂੰ ਇਹ ਚੰਗਾ ਨਹੀਂ ਲੱਗ ਰਿਹਾ, ਅਤੇ ਸਾਰੇ ਇਸ ਕਰਕੇ ਯੂਟਿਊਬ ਦੇ ਉੱਤੇ ਅਸੀਂ ਇਹ ਦੇ ਰਹੇ ਹਾਂ। ਜੋ ਵੀ ਉਹ ਬੰਦੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਭਾ ਕੋਈ ਲੜਨ 'ਚ ਫਾਇਦਾ ਨਹੀਂ, ਕੋਈ ਕੁਛ ਨਹੀਂ, ਜੇ ਤੂੰ ਚੈਨਲ ਬਣਾਇਆ ਚੰਗੇ ਕੰਮਾਂ ਵਾਸਤੇ ਬਣਾ ਮੇਰਾ ਵੀਰ, ਕਿਸੇ ਦਾ ਮਦਦ ਕਰ ਜਾਂ ਕਿਸੇ ਦਾ ਕੁਛ ਕਰ। ਜੇ ਉੱਦਾਂ ਤੂੰ ਵਿਹਲਾ ਰਹਿੰਦਾ ਪਿਆ ਕਿ ਤੇਰੇ ਦਿਮਾਗ 'ਚ ਆਈਡੀਆ ਨੇ ਤਾਂ ਇਹ ਬਣਾ ਲਓ, ਤਾਂ ਕੀ ਯਾਰ ਗੰਦ ਪਾਇਆ ਤੂੰ ਚੈਨਲ ਦੇ ਉੱਤੇ, ਤੂੰ ਬੰਦਾ ਹੈ ਕਿ ਜਾਨਵਰ ਹੈ, ਤੈਨੂੰ ਨਹੀਂ ਪਤਾ ਬੰਦਿਆਂ ਦੇ ਵਿੱਚ ਕਿੱਦਾਂ ਰਹੀਦਾ ਅਤੇ ਕੀ ਕਰੀਦਾ ਕੀ ਨਹੀਂ ਕਰੀਦਾ। ਤੈਨੂੰ ਇੰਨੇ ਲੋਕ ਲਾਹਨਤਾਂ ਪਾਉਂਦੇ ਪਏ, ਤੈਨੂੰ ਸ਼ਰਮ ਹੋਣੀ ਚਾਹੀਦੀ, ਡੁੱਬ ਕੇ ਮਰ ਜਾ ਇਹੋ ਜਿਹਾ ਬੰਦਾ, ਕਹਿੰਦਾ ਆਪਣੇ ਆਪ ਨੂੰ ਹਿਜੜਾ, ਕਹਿੰਦਾ ਇਹ ਇੱਦਾਂ ਦੇ ਕੰਮ ਕਰਕੇ ਹੁਣ ਰੋਟੀ ਖਵਾਏਗਾ ਘਰਦਿਆਂ ਨੂੰ, ਦਰ ਫਿੱਟੇ ਮੁੱਤ ਤੇਰੇ ਦੁਰ ਕੇ ਮਰ ਜਾ। ਭਰਾ ਜੇ ਚੈਨਲ ਬਣਾਇਆ ਅਤੇ ਤੂੰ ਕੀ ਕਹਿੰਦੇ ਸਾਰਾ ਸਹੀ ਕਰਕੇ ਆਪਣਾ ਜੋ ਵੀ ਹੈਗਾ ਆਪਣਾ ਚੈਨਲ ਸਹੀ ਚਲਾ, ਕੀ ਉਹ 'ਚ ਗੰਦ ਪਾਇਆ ਕੀ ਤੂੰ ਯਾਰ। ਯਾਰ ਕਈ ਬਹੁਤ ਲੋਕ ਯਾਰ ਦੇਖਣ ਵਾਲੇ ਨੇ, ਮਾਵਾਂ ਭੈਣਾਂ ਸਾਡੀਆਂ ਸਭ ਦੇਖਣ ਵਾਲੀਆਂ ਨੇ, ਬਜ਼ੁਰਗ ਸਾਰੇ ਦੇਖਣ ਵਾਲੇ, ਕੀ ਸੋਚਣਗੇ ਕਿ ਅੱਜ ਦੀ ਜਨਰੇਸ਼ਨ ਕੀ ਕਰ ਰਹੀ ਹੈ, ਅਤੇ ਵਾਕਿਆ ਹੀ ਆ ਦੇਖ ਰਿਹਾ ਯੂਟਿਊਬ ਦੇ ਉੱਤੇ ਕੀ ਕਰ ਰਹੀ ਪੰਜਾਬ ਦੀ ਜਨਰੇਸ਼ਨ, ਨਸ਼ਾ ਕਰ ਰਹੀ ਹੈ ਅਤੇ ਗੰਦ ਪਾ ਰਹੀ ਯੂਟਿਊਬ 'ਤੇ। ਵਧੀਆ ਜੀ, ਲੱਗੇ ਰਹੋ, ਕਹਿਣਾ ਹੀ ਹੈ ਆਪਾਂ ਤਾਂ, ਸੁਧਰਯੋਗ ਤਾਂ ਚੰਗਾ, ਨਹੀਂ ਤਾਂ ਉਵੇਂ ਕੋਈ ਭੜਕਾ ਦੇਗਾ ਕੀ ਫਾਇਦਾ। ਅਤੇ ਮੇਰਾ ਵੀਰ, ਚੰਗੀਆਂ ਚੰਗੇ ਕੰਮਾਂ ਵੱਲ ਧਿਆਨ ਦੇਵੋ, ਪੜ੍ਹੋ ਲਿਖੋ ਅਤੇ ਵਧੀਆ ਕੰਮ ਕਰੋ, ਇਹਨਾਂ ਕੋਲ ਕੁਛ ਸਿੱਖੋ। ਇਹ ਲੋਕ ਕਿੰਨੇ ਸਿਆਣੇ ਨੇ, ਇੱਥੇ ਦੇ ਬਾਹਰ ਦੇ ਲੋਕ ਕਿੰਨੇ ਸਿਆਣੇ ਨੇ, ਇੱਦਾਂ ਦੇ ਕੰਮ ਕਦੀ ਨਹੀਂ ਕਰਦੇ ਜਿੱਦਾਂ ਦੇ ਤੁਸੀਂ ਕਰਦੇ ਪਏ ਹੋ। 50 ਸਾਲ ਲੱਗੇ ਨੇ ਤੁਹਾਡੇ ਤੋਂ ਇਹ ਲੋਕ, ਕਦੀ ਵੀ ਨਹੀਂ ਰਲ ਸਕਦੇ ਤੁਸੀਂ, ਕਦੀ ਵੀ ਨਹੀਂ ਰਲ ਸਕਦੇ ਤੁਸੀਂ, ਤਾਂ ਸ਼ਰਮ ਕਰੋ। ਪ੍ਰੋਡਿਊਸਰ DXX ਵਾਲਿਓ, ਸ਼ਰਮ ਕਰੋ ਥੋੜ੍ਹੀ ਜਿਹੀ, ਚੈਨਲ ਚਲਾਉਣ ਤੋਂ ਪਹਿਲਾਂ ਅਤੇ ਵੀਡੀਓ ਅਪਡੇਟ ਲੋਡ ਕਰਨ ਤੋਂ ਪਹਿਲਾਂ ਸੋਚਿਆ ਕਰੋ ਕਿ ਅਸੀਂ ਵੀਡੀਓ ਪਾਉਣ ਲੱਗੇ ਹਾਂ ਯੂਟਿਊਬ 'ਤੇ, ਸਾਰੀ ਦੁਨੀਆ ਨੇ ਦੇਖਣੀ ਹੈ, ਇਹ ਚੰਗੀ ਪਾ ਰਹੇ ਹਾਂ ਕਿ ਨਹੀਂ, ਇਹ 'ਚ ਬੱਚਿਆਂ ਨੇ ਵੀ ਦੇਖਣੀ, ਬਜ਼ੁਰਗਾਂ ਨੇ ਵੀ ਦੇਖਣੀ, ਮਾਵਾਂ ਨੇ ਵੀ ਦੇਖਣੀ, ਭੈਣਾਂ ਨੇ ਵੀ ਦੇਖਣੀ। ਜਿਹੜੀ ਗੱਲ ਗਲਤ ਹੈ, ਗਲਤ ਉਹਦੇ ਵਾਸਤੇ ਬੋਲਾਂਗੇ, ਮੈਂ ਅੱਜ ਤੱਕ ਕਦੀ ਆਪਣੀ ਕੋਈ ਵੀਡੀਓ ਨਹੀਂ ਆਪਣੇ ਚੈਨਲ 'ਤੇ ਪਾਈ ਸੀ, ਅਤੇ ਮੈਂ ਆਪਣਾ ਚੈਨਲ ਬਣਾਇਆ ਸੀ। ਹਾਂ ਭਾਅ ਜੀ, ਸਾਡੇ 'ਚ ਵੀ ਜਨੂੰਨ ਹੈਗਾ ਕਰਨ ਦਾ ਕੁਛ, ਪਰ ਅਜੇ ਕਰਾਂਗੇ, ਟਾਈਮ ਨਹੀਂ ਆਇਆ ਹੈਗਾ, ਲੱਗੇ ਹਾਂ, ਜਿੱਦਣ ਮਹਾਰਾਜ ਨੇ ਟਾਈਮ ਦਿੱਤਾ ਕਰਾਂਗੇ, ਸਭ ਕੁਛ ਕਰਾਂਗੇ, ਪਰ ਵਧੀਆ ਕਰਾਂਗੇ ਕਿ ਜਿਹੜੇ ਲੋਕ ਕਹਿਣਗੇ ਕਿ ਵਾਕਿਆ ਕੁਛ ਮੁੰਡੇ ਨੇ ਕੀਤਾ, ਇਹੋ ਜਿਹਾ ਕੰਮ ਕਰਾਂਗੇ। ਅਸੀਂ ਵੀ ਆਪਣਾ ਚੈਨਲ ਚਲਾਇਆ, ਪਰ ਤੇਰੇ ਵਾਂਗੂ ਗੰਦ ਪਾ ਕੇ ਆਪਣੇ ਚੈਨਲ ਦੀ ਪ੍ਰਮੋਸ਼ਨ ਨਹੀਂ ਕੀਤੀ, ਨਾ ਹੀ ਕੁਛ ਕੀਤਾ। ਬਾਹਰ ਬੈਠੇ ਹਾਂ, ਕੋਈ ਚੱਕਰ ਨਹੀਂ, ਫਿਰ ਵੀ ਪਿਛਲਿਆਂ ਦਾ ਖਿਆਲ ਰੱਖੀਦਾ। ਇੱਥੇ ਯਾਰ ਕੱਲ੍ਹ ਦਾ ਮੈਂ ਵੀਡੀਓ ਦੇਖੀ, ਮੈਂ ਰਾਤੀ ਵੀਡੀਓ ਪਾਣੀ, ਰਾਤੀ ਹਨੇਰਾ ਬੜਾ ਸੀ, ਮੈਂ ਕਿਹਾ ਮੈਂ ਯਾਰ ਸਵੇਰੇ ਉੱਠ ਕੇ ਆ ਬੰਦੇ ਨੂੰ ਜਵਾਬ ਦੇਣਾ ਜ਼ਰੂਰ। ਯਾਰ ਇਹ ਵੀਡੀਓ ਨੂੰ ਜਿੰਨੀ ਸ਼ੇਅਰ ਅਤੇ ਜਿੰਨੀ ਲਾਈਕ ਕਰ ਸਕਦੇ ਨਾ, ਇਹ ਬੰਦਾ ਪ੍ਰੋਡਿਊਸਰ DDX, ਉਹਦੀ ਮੈਂ ਫੋਟੋਆਂ ਵਿੱਚ ਪਾਵਾਂਗਾ, ਨਾਂ ਸਾਰਾ ਪਾਵਾਂਗਾ। ਉਹ ਬੰਦੇ ਨੂੰ ਕੋਈ ਸਬਸਕ੍ਰਾਈਬ ਨਾ ਕਰੇ, ਉਹ ਗੰਦ ਪਾ ਰਿਹਾ, ਕੋਈ ਸਬਸਕ੍ਰਾਈਬ ਨਾ ਕਰੇ ਉਹ ਬੰਦੇ ਨੂੰ, ਆਪਣੀ ਚੈਨਲ ਦੀ ਪਬਲਿਸਿਟੀ ਕਰਨ ਵਾਸਤੇ ਇਹ ਕੰਮ ਗਲਤ ਹੈ, ਇਹ ਕੰਮ ਦੇ ਖਿਲਾਫ ਆ। ਮੈਂ ਅੱਜ ਤੱਕ ਆਪਣੇ ਚੈਨਲ ਦੇ ਉੱਤੇ ਆਪਣੀ ਕੋਈ ਵੀਡੀਓ ਨਹੀਂ ਪਾਈ ਹੈਗੀ, ਇਹ ਮੇਰੀ ਪਹਿਲੀ ਵੀਡੀਓ ਹੈ। ਅਤੇ ਇਹ ਮੈਂ ਕਹਿੰਦਾ ਕਿ ਪ੍ਰੋਡਿਊਸਰ DXX ਵਾਲਿਓ, ਬੰਦੇ ਬਣ ਜਾਓ, ਬੰਦੇ ਦੇ ਪੁੱਤਰ ਬਣੋ, ਅੱਗੇ ਹਾਲਾਤ ਬੜੇ ਖਰਾਬ ਚੱਲ ਰਹੇ ਨੇ, ਬੰਦੇ ਦੇ ਪੁੱਤਰ ਬਣੋ, ਪੰਜਾਬ 'ਚ ਸ਼ਾਂਤੀ ਰਹਿਣ ਦਿਓ, ਪੰਜਾਬ 'ਚ ਸ਼ਾਂਤੀ ਰਹਿਣ ਦਿਓ ਸਾਰਿਆਂ ਨੂੰ। ਬਹੁਤ ਵਧੀਆ, ਪੰਜਾਬ ਹੀ ਤੁਸੀਂ ਜਾੜ ਕੇ ਰੱਖਤਾ, ਗੁਰੂਆਂ ਪੀਰਾਂ ਦੀ ਧਰਤੀ 'ਤੇ ਤੁਸੀਂ ਗੰਦ ਪਾ ਕੇ ਰੱਖਤਾ। ਕੁੜੀ ਆਵੇ, ਕੋਈ ਕੰਮ ਕਰੋ, ਦੁਕਾਨਾਂ ਦੁਕਾਨਾਂ 'ਤੇ ਲੱਗੋ, ਨਹੀਂ ਕੰਮ ਹੈਗਾ।